बंटी मेरा राजा पुत्त की करदा? ले तेरे लिए दूध गर्म किया, मैं परौंठी बना के रखी है, पहला कुछ खा ले। उठ मिट्टी च लिबड़ी जाना, उठ उठ है, मैनु पता जो तेनु छुट्टी है, कुछ खा ले फिर अपने पापा दे नाल खेत च जाई, जाएगा ना? चल ठीक है। ओ मैं इत्थों नहीं इनू खेत लेके आ जाना। क्यों, की गल होगी? मैं तां अज शहर जाना है। ताही अज इन्नियां टोरा शोरा कड्डियां ने। ना टोरा शोरा दा काहदी, मैं तां कुड़ते भी एवें पाउण दा सुभाअ है मैनू, आही पाया होर टोर नूं दस की मैं कोट पेंट पाई खड़ा। पर सोहणे लग रहे हो। बस करे कर, इह गल सुण, शहर जाऊंगा मैं, जे कोई चीज वास्ते लेके आउणी दस मैनू। ऐ करियो बंटी लई कुछ खाण नूं ले आयो। लिया दूं लिया दूं। बंटी वे पुत, अज मैं तेरी दादी कोले नाले दादे कोले मिल के आऊंगा, ठीक है? उन्होंने बताए जाना जो होना ना पुत्ता, मैंने होर काम ने, मैं ना कचेरियां च भी जाना, अज मैंने जरूरी काम है, नहीं तेन पक्का नाल लैके जाता। तो गल तुम चीजी तेन लिया के दूँ की? लिया मैं कुलचे। नहीं कुलचे नहीं लैके देने, अगे सारा दिन सुबह खे खाँदा रहा है, कोई फल फ्रूट ले आयो। नाल मेरी गल सुनो, मम्मी वाल जा रहे हो ना, मम्मी डैडी नूं इत्थे ले आयो। वो यार इतने किमें आ जाएंगे भला, तेन पता है उन्होंने सरदा नहीं, बड़ा भाई बाहर काम करते होंगे तो बच्चे घर कले होंगे ने। मैं भी तो इतने कली ही हूँ कि मेरा जी नहीं करता उन्होंने को रहा। जैसे क्यों नहीं समझती तू यार, अपने पिंड के माहौल का बहुत फर्क है, उत्थे कोई किसी नहीं पुछता, इतने जो तेरा सिर भी दुखे ना, आंडिया गुआढ़ियों दस बुढ़िया कट्ठिया हो जाएगियाँ, फिर तेन का फिक्र है? पर फिर भी मेरा भी जी करता मैं उन्होंने सेवा करा, मेरे को थोड़ी देर रहन। गल पता की है जैसे, पहले दिन तो मैं आप ही शौक सीगा पिंड च रहन का, खेत बन्ने के कामों लग्या रहा, तो करके मेरा कदम दिल ही नहीं करे शहर जाने। नहीं मम्मी डैडी तो कहें थी भी आप सारा परिवार शहर ही रहने। चल कोई नहीं, फिर भी तू फिक्र ना कर, मैं आँदा हाँ कह के जरूर आऊँगा। ठीक है चंगा, चलदा फिर, मैं ध्यान रखी कि शरारत करी जाए। नाले जल्दी आ जाओ। हाँ हाँ पक्का आऊँगा। मेरा पुत परौंठी खाएगा ना, चल आ जा। ਸਾਰੇ ਠੀਕ ਠਾਕ ਦੱਸਣਾ ਹੋਰ ਪਿੰਡ ਸਾਰੇ ਠੀਕ ਠਾਕ ਸੀਗੇ ਸਾਰੇ ਵਧੀਆ ਤੁਸੀਂ ਸੁਣਾਓ ਕਿਵੇਂ ਵਧੀਆ ਠੀਕ ਬੰਟੀ ਸਾਰੇ ਵਧੀਆ ਜਾਈਆਂ ਦਾ ਸਕੂਲ ਕਹਿੰਦਾ ਸੀਗਾ ਕਹਿੰਦਾ ਜਾਣਾ ਉੱਥੇ ਪਰ ਫਿਰ ਮੈਨੂੰ ਐਤੀਆਂ ਬਾਜ਼ਾਰ ਦੇ ਵੀ ਇੱਕ ਦੋ ਕੰਮ ਸੀਗ
ਹੁਣ ਪਟਵਾਰੀ ਨਾਲ ਦੁਬਾਰੇ ਗੱਲ ਕਰੀਏ 50-60 ਹਜ਼ਾਰ ਰੁਪਇਆ ਭਰਿਆ ਉਹਦੇ ਕੋਲ ਵੀ ਉਹਦੀ ਰਜਿਸਟਰੀ ਕਰਾਉਣੀ ਹੈ ਚਲੋ ਇਹ ਤਾਂ ਵਧੀਆ ਕਿੱਤਾ ਪਤਾ ਦੱਸ ਕਦੋਂ ਚੱਲਣਾ ਕੱਲ੍ਹ ਦਾ ਦਿੱਤਾ ਟਾਈਮ ਬਸ ਫਿਰ ਚੱਲ ਪੈਂਦੇ ਫਿਰ ਆਪਾਂ ਬਸ ਫਿਰ ਪੱਕਾ ਰਹੀ ਤਿਆਰ ਅਤੇ ਆਪਦਾ ਟਾਈਮ ਨਾਲ ਕੰਮ ਕਰਨ ਵੇਹੜ ਲਈ ਮੈਂ ਉੱਧਰੋਂ ਨੰਬਰਦਾਰ ਵਗੈਰਾ ਨੂੰ ਲੈ ਕੇ ਆ ਜੂੰਗਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਫਿਕਰ ਨਾ ਕਰ ਹੋਰ ਪਹਿਲਾਂ ਵੀ ਆਪਣਾ ਨੁਕਸਾਨ ਹੋ ਗਿਆ ਤੇ ਤੇਰੇ ਸਾਹਮਣੇ ਹੈ ਨਾ ਉਦੋਂ ਪੈਸੇ ਭਰੇ ਭਰੇ ਹੁੰਦੇ ਸਾਲਾ ਪਟਵਾਰੀ 'ਚ ਇਲਾਕੀ ਕਰ ਗਿਆ ਓਏ ਮੈਂ ਤਾਂ ਉਦੋਂ ਹੀ ਤੈਨੂੰ ਕਹਿੰਦਾ ਸੀ ਪੱਤਾ ਤੇ ਗੌਰ ਕਰ ਤੂੰ ਹੀ ਗੌਰ ਕੀਤੀ ਉਦੋਂ ਉਹ ਮੈਂ ਆਪਣੇ ਵਾਲੇ ਵੱਡੇ ਦੇ ਸਾਰੇ ਰਹਿ ਗਿਆ ਮੈਂ ਚੱਲ ਇਹਦੀ ਗੱਲ ਕਰੀ ਹੋਈ ਠੀਕ ਹੈ ਚੱਲ ਕੋਈ ਨਾ ਹੁਣ ਬਸ ਚੱਲ ਪਾਂ ਕੱਲ ਨੂੰ ਸਵੇਰੇ ਬਸ ਠੀਕ ਹੈ ਫਿਰ ਚੱਲ ਫਿਰ ਕੱਲ ਨੂੰ ਮਿਲਦੇ ਆ ਤੂੰ ਬੇਜਾ ਕੁਛ ਖਾ ਪੀ ਲਾ ਜਾ ਚੱਕ ਆ ਫਿਰ ਨਹੀਂ 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 ਖਾ ਪੀ ਕੇ ਆਇਆ ਮੈਨੂੰ ਇੱਕ ਦੋ ਬਾਜ਼ਾਰ ਦੇ ਕੰਮ ਨੇ ਤੈਨੂੰ ਪਤਾ ਕੁਛ ਅੱਜ ਬੰਡੀ ਘਰੀ ਆਏ ਦੁਬਾਰਾ ਛੁੱਟੀ ਆ ਉਹਨੂੰ ਤੇ ਮੈਂ ਜਾਣਾ ਟਾਈਮ ਨਾਲ ਉਹਨੂੰ ਖਾਣ ਨੂੰ ਵੀ ਲੈ ਕੇ ਜਾਣਾ ਕੁਛ ਉਹ ਪ੍ਰਦੀਪ ਦੀ ਬੇਬੇ ਕਿਵੇਂ ਸੱਚਾ ਉਹ ਬਿਮਾਰ ਸੀ ਢਿੱਲੀ ਉਹ ਹਾਂ ਸੱਚ ਉਹ ਭਈ ਜ਼ਿਆਦਾ ਤੰਗ ਹੈ ਉਹਦਾ ਤੂੰ ਲੈ ਹੀ ਪਤਾ ਸਮਾਂ ਚਲਾ ਕੇ ਜਾਊਂਗਾ ਤੂੰ ਐਂ ਕਰੀ ਕੱਲ ਨੂੰ ਟਾਈਮ ਨਾਲ ਪਿੰਡੇ ਆ ਜੀ ਨਾਲੇ ਤਾਂ ਉਹਦਾ ਪਤਾ ਲਏਗਾ ਨਾਲੇ ਆਪਾਂ ਆ ਕੰਮ ਕਰ ਲਾਂਗੇ ਆਪਣੇ ਨਾਲ ਚੱਲ ਇਕੱਠੀ ਆ ਜਾ ਚੱਲ ਆ ਜਾਗੇ ਫਿਰ ਹਾਂ ਹਾਂ ਉਹ ਕੁਝ ਖਾ ਪੀ ਤਾਂ ਉਹ ਬਸ 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 ਠੀਕ ਹੈ ਫਿਰ ਗੱਲ ਸੁਣ ਆ ਜੀ ਜੇ ਕੰਮ ਨਿਬੇੜ ਕੇ ਆ ਘਰੇ ਜਨ ਤੇ ਬੇਬੇ ਆਉਂਗਾ ਆਉਂਗਾ ਕੋਈ ਚੱਕਰ ਨਹੀਂ ਠੀਕ ਹੈ ਤੇਰੀ ਬੇਬੇ ਵੀ ਆ ਜੂ ਉਹਨੂੰ ਮਿਲ ਜੂ ਕੋਈ ਨਾ ਠੀਕ ਆ ਮੁੰਡਾ ਜਮਾ ਨਹੀਂ ਕੁਝ ਖਾਇਆ ਨਹੀਂ ਪੀਆ ਨਹੀਂ ਲੰਘ ਗਿਆ ਮੰਮੀ ਤੁਸੀਂ ਵੀ ਨਾ ਆਉਣ ਤੋਂ ਪਹਿਲਾਂ ਦੱਸ ਤਾਂ ਦਿੰਦੇ ਇਹ ਅੱਜ ਹੀ ਸ਼ਾਮ ਨੂੰ ਸ਼ਹਿਰ ਗਏ ਸੀ ਤੁਹਾਨੂੰ ਲੈਂਦੇ ਆਉਂਦੇ ਨਹੀਂ ਕੋਈ ਨਹੀਂ ਪਤਾ ਮੇਰਾ ਹੱਥ ਨੇ ਜੀ ਕਰਿਆ ਵੀ ਕੁੜੀ ਨੂੰ ਮਿਲਿਆ ਵਾਂ ਪਰ ਫਿਰ ਵੀ ਨਾਲੇ ਸਾਥ ਹੋ ਜਾਂਦਾ ਤੁਹਾਨੂੰ ਨਹੀਂ ਮੈਨੂੰ ਤਾਂ ਇਹਦੀ ਪੁੱਤ ਵੀ ਚੱਲ ਪਰ ਹੁਣ ਕੰਮ 'ਤੇ ਗਿਆ ਹੈਗਾ ਵੀ ਕਿੱਥੇ ਔਖਾ ਹੋਊਗਾ ਮੈਂ ਤੁਰ ਕੇ ਆ ਗਈ ਅੱਡੀ 'ਤੇ ਤਾਂ ਮੇਰਾ ਜੀ ਕਰਿਆ ਮਿਲਣ ਨੂੰ ਨਹੀਂ ਮੈਨੂੰ ਇਹ ਦੱਸ ਪੁੱਤ ਤੇਰੇ ਨਾਲ ਪਰਾਹੁਣਾ ਕੰਮ ਉੱਥੇ ਦਾ ਕਰਾ ਦਿਉ ਹੁੰਦਾ ਓਹੋ ਇਹ ਸਾਰਾ ਦਿਨ ਤਾਂ ਥੱਕੇ ਆਉਂਦੇ ਹੈ ਬਾਹਰ ਦੇ ਕੰਮ ਇਹ ਕਰਦੇ ਆ ਘਰ ਦੇ ਕੰਮ ਮੈਂ ਕਰਦੀ ਹਾਂ ਅਸੀਂ ਨਹੀਂ ਕਰਿਆ ਕਰਦੇ ਪੁੱਤ ਉਹ ਪਰਾਹੁਣੇ ਨੂੰ ਤਾਂ ਥੱਲੇ ਲਾ ਕੇ ਰੱਖਦੇ ਨੇ ਕੰਮ ਧੰਦਾ ਕਰਾਉਂਦੇ ਆ ਬੱਲੇ ਬੀਬੀ ਆ ਰਹੀ ਹੈ ਮੱਥਾ ਟੇਕਦਾ ਬਾਈ ਜਿਉਂਦਾ ਰਹੇ ਪੁੱਤ ਬਸਦਾ ਰਹੇ ਹੋਰ ਠੀਕ ਆ ਵਧੀਆ ਵਧੀਆ ਆ ਲੈ ਸਬਜ਼ੀ ਨਾਲੇ ਮੈਂ ਸ਼ਹਿਰੋਂ ਲਿਆ ਆਲੂ ਕਰਨ ਲੱਗੀ ਹਾਂਜੀ ਆ ਰੱਖ ਨਾਲੇ ਇਹਦੇ ਫਰੂਟ ਨੇ ਚ ਦੇ ਦੇ ਇਹਨੂੰ ਖਾਣ ਨੂੰ ਬਾਈ ਤੁਸੀਂ ਆਉਣਾ ਤੇ ਮੈਨੂੰ ਦੱਸੀ ਨਹੀਂ
ਫੋਨ ਫਾਨ ਦਾ ਕਰ ਲਾਂਦੇ ਮੈਂ ਹਾਂ ਮੈਂ ਕਿੱਥੋਂ ਕਰੂੰਗੀ ਫੋਨ ਫਾਨ ਵੀ ਚੱਲ ਕੰਮ ਧੰਦਾ ਕਰਨ ਗਿਆ ਹੋਣਾ ਵੀ ਚੱਲ ਮੈਂ ਤੁਰਕੀ ਵਗ ਜਾਂਦੀ ਹਾਂ ਮੇਰਾ ਆਥਣੇ ਜੇ ਮੂਡ ਬਣਿਆ ਆ ਗੱਲ ਪਤਾ ਕੀ ਹੈ ਹੁਣ ਤੁਸੀਂ ਬੱਸਾਂ 'ਚ ਆਏ ਹੋਣੇ ਮੇਰੇ ਨਾਲ ਮੋਟਰਸਾਈਕਲ ਤੇ ਆਂਦੇ ਚੱਲ ਕੋਈ ਨਹੀਂ ਹੁਣ ਐਂ ਕਰਿਓ ਸਵੇਰੇ ਜਦੋਂ ਜਾਣਾ ਹੋਊ ਮੇਰੇ ਨਾਲ ਹੀ ਵਗ ਚੱਲੋ ਸ਼ਹਿਰ ਨੂੰ ਨਾ ਪੁੱਤ ਮੈਂ ਤਾਂ ਦੋ ਚਾਰ ਦਿਨ ਰਹੂੰਗੀ ਮੇਰਾ ਬਾਹਲਾ ਮਨ ਤਾਂ ਅੱਕੇ ਬਹਿ ਗਿਆ ਵੀ ਚੱਲ ਕੁੜੀ ਕੋਲ ਚੱਲ ਆਇਆ ਨਹੀਂ ਚਾਰ ਦਿਨ ਚਲੋ ਕੋਈ ਨਹੀਂ ਰਹਿ ਲਓ ਤਾਂ ਕੀ ਹੈ ਆ ਜਲਦੀ ਗੱਲ ਰੋਟੀ ਸਬਜ਼ੀ ਮੈਨੂੰ ਭੁੱਖ ਬੜੀ ਲੱਗੀ ਹੈ ਖਾਣੀ ਹੈ ਨਾ ਹਾਂਜੀ ਕੋਈ ਨਹੀਂ ਤੁਸੀਂ ਹੱਥ ਮੂੰਹ ਧੋਵੋ ਠੀਕ ਆ ਬੰਡੀ ਬਤੋਏ ਆ ਮੈਂ ਤੈਨੂੰ ਦੱਸਦਾ ਪੁੱਤ ਤੇਰਾ ਦਾਦਾ ਪਤਾ ਕਿੱਦਾਂ ਯਾਦ ਕਰਦਾ ਸੀ ਪਰੋਣੇ ਦਾ ਮੂੰਹ ਡੇ ਪਿਆ ਵੀ ਇੱਥੇ ਬੁੜੀ ਰਹੂਗੀ ਹਨਾ ਇਹੋ ਜੀ ਕੋਈ ਗੱਲ ਨਹੀਂ ਹੈ ਮੰਮੀ ਥੱਕੇ ਆਏ ਨੇ ਤੁਸੀਂ ਐਂ ਜ਼ਿਆਦਾ ਵਿਚਾਰ ਕਰਦੇ ਹੋ ਪੁੱਤ ਇੰਨਾ ਨਾ ਚਮੜਾ ਆਇਆ ਉਹ ਦੇਖ ਲੈ ਖਾਣਾ ਕੁੜੀ ਵਿਆਹੀ ਹੈਗੀ ਉਹ ਨਾ ਸਾਰਾ ਕੰਮ ਕਰਾਉਂਦੇ ਝਾੜੂ ਪੋਚਾ ਤੇ ਸਾਰਾ ਕੁਝ ਕਰਾਉਂਦੀ ਹੈਗੀ ਕੋਈ ਗੱਲ ਨਹੀਂ ਮੰਮੀ ਬਾਹਰ ਦਾ ਵੀ ਤਾਂ ਕੰਮ ਉਹੀ ਕਰਦੇ ਆ ਘਰ ਦਾ ਮੈਂ ਆਪੇ ਸਾਂਭ ਲਾਂਗੀ ਤੂੰ ਚਮੜਾ ਨਾ ਕਰ ਜਾਣ ਤੇ ਤੂੰ ਔਖੀ ਹੋਵੇਂਗੀ ਫਿਰ ਤੂੰ ਕਹਿ ਦੇਂਗੀ ਮੇਰੀ ਬੀਬੀ ਨੇ ਕੀ ਕਹਿੰਦੀ ਹੈਗੀ ਤੇਰੇ ਜਾਤ ਆਉਂਦੀ ਹੈ ਮਗਰੋਂ ਗੱਲਾਂ ਚਲੋ ਕੋਈ ਨਹੀਂ ਮੰਮੀ ਤੁਸੀਂ ਜਾਓ ਅੰਦਰ ਮੈਂ ਸਬਜ਼ੀ ਧਰਦਾ ਜੱਸੀ ਹਾਂਜੀ ਕੋਈ ਗੱਲ ਦੱਸੀ ਯਾਰ ਸਵੇਰੇ ਮੈਂ ਜਾਊਂਗਾ ਟਾਈਮ ਨਾਲ ਹੀ ਸਨਾਮ ਤੇ ਅੱਜ ਬਣਿਆ ਨੇ ਕਚੇਰੀ ਵਾਲਾ ਕੰਮ ਨੰਬਰਦਾਰ ਨੂੰ ਲੈ ਕੇ ਜਾਣਾ ਅੱਛਾ ਜੀ ਪੈਸੇ ਪਏ ਨੇ 20000 ਰੁਪਏ ਜਿਹੜੇ ਤੈਨੂੰ ਫੜਾ ਦਿੱਤੀਆਂ ਉਹ ਅਲਮਾਰੀ ਵਿੱਚ ਹੀ ਪਿਆ ਮੈਂ ਤੁਹਾਨੂੰ ਦੇ ਦਿੰਨੀ ਆ ਅੱਛਾ ਚਲ ਹੁਣ ਤਾਂ ਕੀ ਕਰਨਾ ਸਵੇਰੇ ਲੈ ਕੇ ਜਾਊਂਗਾ ਪਤੋਂ ਲੋਡ ਪਊਗਾ ਨਾ ਫਿਰ ਸਵੇਰੇ ਉੱਤੇ ਠੀਕ ਹੈ ਜੀ ਕੁੜੀ ਮੇਰੀ ਗੱਲ ਸੁਣੋ ਆ ਪਰਾਉਣਾ ਕੀ ਪੈਸੇ ਪੈਸੇ ਲਾ ਰੱਖੇ ਸੀਗੇ ਉਹ ਇਹਨਾਂ ਨੂੰ ਕਚਹਿਰੀਆਂ ਦਾ ਕੰਮ ਸੀ ਤਾਂ ਮੈਂ ਕਹਿ ਰਹੀ ਸੀਗੀ ਨਹੀਂ ਪੁੱਤ ਸਾਂਭ ਕੇ ਰੱਖਿਆ ਘਰ ਮਗਰੋਂ ਕੰਮ ਆ ਜਾਂਦਾ ਬੋਲੀਏ ਵੇਲੇ ਕੇ ਵੇਲੇ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਲੋੜ ਹੈ ਤਾਂ ਹੀ ਮੰਗਦੇ ਪਏ ਆ ਇੰਨਾ ਭੇਤ ਨਹੀਂ ਦਿੰਦੇ ਬੰਦੇ ਨੂੰ ਕੋਈ ਗੱਲ ਨਹੀਂ ਮੰਮੀ ਕੋਈ ਮੋਟਾ ਰੱਖਿਆ ਕਰ ਆਪਦੇ ਲਵੀ ਠੀਕ ਹੈ ਲੈ ਕਿੰਨਾ ਦਿਨ ਚੜ੍ਹਿਆ ਪਿਆ ਹਲ ਤੱਕ ਉੱਠੇ ਹੀ ਨਹੀਂ ਹੈਗੇ ਜੱਸੀ ਯਾਰ ਖੜੀ ਹੋ ਲੈ ਤੂੰ ਤੈਨੂੰ ਪਤਾ ਨਹੀਂ ਗਾ ਮੈਂ ਸਵੇਰੇ ਸੁਨੇਹਾ ਜਾਣਾ ਸੀਗਾ 4 ਵਜੇ ਦਾ ਉੱਠਿਆ ਫਿਰਦਾ ਮੈਂ ਪਹਿਲਾਂ ਨਹਾਤਾ ਤੈਨੂੰ ਪਤਾ ਨੰਬਰਦਾਰ ਨੂੰ ਵੀ ਨਾਲ ਲਈ ਜਾਣਾ ਟਾਈਮ ਤਾਂ ਦੇਖ ਲੈ ਯਾਰ ਕੀ ਹੋ ਗਿਆ ਰਾਤੀ ਮੇਰੇ ਨਾਲ ਗੱਲਾਂ ਮਾਰਦੀ ਰਹੀ ਤਾਂ ਸਵੇਰੇ ਜਾਗ ਨਹੀਂ ਖੁੱਲੀ ਚੱਲ ਕੋਈ ਨਹੀਂ ਖੜੀ ਹੋ ਨਾਲੇ ਇਹਨੇ ਜਵਾਕ ਨੇ ਵੀ ਸਕੂਲ ਜਾਣਾ ਕੋਈ ਕੰਮ ਨੂੰ ਹੱਥ ਪਾ ਲੈ ਹਾਂਜੀ ਹਾਂਜੀ ਇਹ ਮੈਂ ਕਰਦੀ ਹਾਂ ਬੰਟੀ ਨੇ ਲੇਟ ਹੋ ਜਾਣਾ ਮੈਨੂੰ ਨਵਾਉਂਦੀ ਹੈ ਤੁਸੀਂ ਮਾੜੀ ਜਿਹੀ ਸਬਜ਼ੀ ਛਿਲ ਦਿਓ ਯਾਰ ਮੈਂ ਸਬਜ਼ੀ ਕੱਟੂੰਗਾ ਤੇਰਾ ਦਿਮਾਗ ਤਾਂ ਠੀਕ ਹੈ ਤੈਨੂੰ ਐਂ ਨਹੀਂ ਪਤਾ ਮੈਂ ਕਿੰਨੇ ਜ਼ਰੂਰੀ ਕੰਮ ਜਾਣੇ ਕਚਹਿਰੀ 'ਚ ਨੰਬਰਦਾਰ ਨੂੰ ਮੈਂ ਪੁੱਛਿਆ ਉਹਨਾਂ ਦਾ ਮੈਂ 7 ਵਜੇ ਦਾ ਟਾਈਮ ਦੇ ਰੱਖਿਆ ਮੈਂ ਵੀ ਤਾਂ ਹੀ ਕਹਿੰਦੀ ਸੀ ਬੰਟੀ ਲੇਟ ਹੋ ਜੂਗਾ ਥੋੜੀ ਹੈਲਪ ਹੀ ਕਰਾ ਦਿਓ ਤੂੰ ਦਿਨ ਤਾਂ ਦੇਖ ਲਿਆ ਕਰ ਕੰਮ ਕਿੱਡਾ ਪਤਾ ਅੱਜ ਕਚਹਿਰੀਆਂ ਦਾ ਕੋਈ 10 ਵਜੇ ਤੋਂ ਪਹਿਲਾਂ ਤੁਹਾਡੀ ਕਚਹਿਰੀਆਂ ਨਹੀਂ ਖੁੱਲ ਰਹੀਆਂ ਉਹ ਯਾਰ ਕੰਮ ਆਪਣੇ ਗਾਉਂ ਆਪਾਂ ਨੂੰ ਹੈ ਉੱਥੇ ਮੇਰੇ ਵਾਸਤੇ ਬੰਦੇ ਤਿਆਰ ਨਹੀਂ ਹੋਣੇ ਮਰੀ ਜਾਂਦੀਆਂ ਗੱਲਾਂ ਮੈਂ ਬਸ ਇਹ ਦੇਖ ਲਿਆ ਤੁਸੀਂ ਬਸ ਮੇਰੇ ਨਾਲ ਲੜਨ ਨੂੰ ਰਹਿੰਦੇ ਹੋ ਲੋਕਾਂ ਦੇ ਪਰੌਣੇ ਨਾ ਪੋਚੇ ਤੱਕ ਲਵਾਉਂਦੇ ਆ ਤੁਹਾਨੂੰ ਤਾਂ ਬਸ ਇੱਕ ਸਬਜ਼ੀ ਕੱਟਣ ਨੂੰ ਕਿਹਾ ਸੀ ਮੈਂ ਲੋਕਾਂ ਵਰਗਾ ਨਹੀਂ ਹੈਗਾ ਪਰ ਮੇਰੇ ਤੋਂ ਇਹ ਆਸ ਨਾ ਕਰੀ ਮੈਂ ਆਪਦੀਆਂ ਜ਼ਿੰਮੇਵਾਰੀਆਂ ਪਕਾਉਣਾ ਤੂੰ ਆਪਦੀਆਂ ਪਕਾ ਇਹ 'ਚ ਕਿਉਂ ਕਿਸਾਨ ਹੈ ਮੇਰੇ ਤੇ ਮਾਰਦੀ ਆ ਗੱਲਾਂ ਨਾਲੇ ਬੀਬੀ ਕੋਈ ਅਕਲ ਦੇ ਦੇ ਇਹਨੂੰ ਮਾੜੀ ਮੋਟੀ ਬੇ ਪੁੱਤ ਕਿਉਂ ਉਹ ਕਰਦੇ ਹੁੰਦੇ ਗੇ ਸਾਡੇ ਰੱਬ ਦੇ ਬਾਤ ਤੇ ਮੈਂ ਵਗ ਦੂੰਗੀ ਉਹ ਤੂੰ ਤਾਂ ਪਤਾ ਨਹੀਂ ਜਾਏਗੀ ਪਤਾ ਨਹੀਂ ਨਾ ਬੇਬੇ ਮੈਂ ਵਗ ਜਾਣਾ ਮੈਨੂੰ ਨਹੀਂ ਰੋਟੀ ਸਬਜ਼ੀ ਲੋੜ ਜਵਾਕ ਨੂੰ ਤੋਰਦੀ ਬਸ ਕਰਾਤੀ ਮੇਰੀ ਬੇਇੱਜ਼ਤੀ ਨਹੀਂ ਜੇ ਤਾਂ ਢਿੱਲ ਰੱਖੀ ਤਾਂ ਇੱਥੇ ਤਾਂ ਕੋਈ ਹੋ ਗਿਆ ਕੁਛ ਜੇ ਤੂੰ ਉਹਦੇ ਦੀ ਕੰਮ ਤੇ ਮੂਹਰੇ ਲਾ ਕੇ ਰੱਖਦੀ ਕਾਹਨੂੰ ਐਂ ਕਰਦੀ ਮਾੜਾ ਮੋਟਾ ਤੂੰ ਵੀ ਰੱਖਿਆ ਕਰ ਕੋਈ ਨਹੀਂ ਬੇਬੇ ਕੰਮ ਤੇ ਨਹੀਂ ਲਾਇਆ ਹੈਗਾ ਆਪੇ ਔਖੀ ਹੋਈ ਜਾਂਦੀ ਮੈਂ ਹੀ ਵਗ ਜਾਂਦੀ ਹਾਂ ਤੂੰ ਕਾਹਨੂੰ ਜਾਵੇਂ ਕੀ ਚੰਗਾ ਪੁੱਤ ਮੈਂ ਜਾਂਦੀ ਹੈਗੀ ਮੈਂ ਤੁਹਾਡੇ ਕੋਲ ਚਰਿਆ ਜਾਂਦਾ ਹੈਗਾ ਤੈਨੂੰ ਤਾਂ 7 ਸਾਲ ਹੋ ਗਏ ਸਿੱਤਰ ਖਾਂਦੀ ਨੂੰ ਮੈਂ ਕਿਵੇਂ ਝੱਲੀ ਹਾਂ ਮਾਂ ਮੈਂ ਤਾਂ ਜਾਂਦੀ ਹੈਗੀ ਕੱਟ ਲਿਆ ਕਰ ਤੂੰ ਆਪਦਾ ਮੈਂ ਤਾਂ ਤੈਨੂੰ ਬਥੇਰਾ ਰੋਕਿਆ ਤੀ ਜੀ ਨਹੀਂ ਮਾੜਾ ਮੋਟਾ ਤੂੰ ਚੰਡ ਕੇ ਰੱਖਿਆ ਕਰ ਵਿੱਕੀ ਨੇ ਜੋ ਮੇਰੀ ਮਾਂ ਨਾਲ ਸਲੂਕ ਕੀਤਾ ਨਾ ਇਹਨੂੰ ਤਾਂ ਮੈਂ ਦੱਸੂੰਗੀ ਘੱਟ ਮੈਂ ਵੀ ਨਹੀਂ ਹਾਂ ਮੈਂ ਤੇਰੇ ਲਈ ਕੁਛ ਬਣਾਇਆ ਵੀ ਨਹੀਂ ਐਂ ਕਰ ਤੂੰ ਸਕੂਲ ਪਹੁੰਚ ਤੇਰਾ ਟਿਫਨ ਮੈਂ ਪਹੁੰਚਾਉਂਦੀ ਹਾਂ ਠੀਕ ਹੈ ਚੱਲ ਜਾ ਸੋਚਿਆ ਤੀ ਵੀ ਅੱਜ ਕਚਹਿਰੀ ਵਾਲਾ ਕੰਮ ਵਧੀਆ ਨਿਬੜ ਜੂਗਾ ਪੈਸੇ ਭਰੇ ਹੋਏ ਜੀ ਤੜਕੀ ਕਲੇਸ ਕਰ ਲਿਆ ਸਹੀ ਹੈ ਯਾਰ ਗੱਲ ਬੰਦਾ ਜਿੰਨਾ ਮਰਜ਼ੀ ਸੋਚੀ ਜਾਵੇ ਤੁਹਾਨੂੰ ਸੈਣਫ ਚੱਲਣ ਦਿੰਦੀਆਂ ਨੇ ਚੱਲ ਕੋਈ ਨਹੀਂ ਜਦੋਂ ਇਹਨੂੰ ਨਹੀਂ ਫਿਕਰ ਕਰਦੀ ਮੈਨੂੰ ਕਿਹੜਾ ਕੋਈ ਯਾਦ ਹੈ ਉੱਪਰੋਂ ਇਹਦੀ ਮਾਂ ਸਿਆਣੀ ਬਹਿਣੀਆਂ ਵੀ ਤੂੰ ਆ ਕੇ ਗੱਲ ਟਿਕਾਉਣ ਦੀ ਗੱਲ ਕਰਨਾ ਗੱਲ ਵਧਾ ਦਿੱਤੀ ਸਮਾਂ ਚੱਲ ਘਰ ਰਹਿਣ ਦੇ ਮਰਜ਼ੀ
ਜਾਂਦਾ ਕਿਤੇ ਅੱਜ ਮੈਂ ਵੀ ਨਹੀਂ ਇੱਥੇ ਕੱਢੂੰ ਦੇਣਾ ਰਾਤ ਨੂੰ ਬੜੂੰ ਘਰੇ ਨਾਲੇ ਪਤਾ ਲੱਗ ਜੂ ਵੀ ਬੰਦਾ ਕੋਈ ਕੰਮ ਕਰਦਾ ਕਿ ਨਹੀਂ ਉਹ ਕੋਈ ਕੰਮ ਵੀ ਨਹੀਂ ਕਰਨ ਵਾਲਾ ਵਾਹਣ ਬਾਹਰ ਪਿਆ ਆਹ ਦੇਖ ਲੈ ਆਹ ਵੀ ਮੁੰਡਾ ਹੀ ਹੈ ਟਰੈਟ ਚਲਾ ਰੱਖਿਆ ਜੇ ਘਰ ਵਾਲੇ ਨੇ ਰੋਟੀ ਪਾਣੀ ਬੰਨ ਕੇ ਭੇਜੇ ਤਾਂ ਹੀ ਬੰਦੇ ਦਾ ਦਿਲ ਕਰਦਾ ਵੀ ਹਾਂ ਯਾਰ ਜਾ ਕੇ ਖੇਤ 'ਚ ਕੋਈ ਕੰਮ ਕਰਾਂ ਜੇ ਘਰੋਂ ਕਲੇਸ਼ ਕਰਕੇ ਤੋਰਨਗੀਆਂ ਫਿਰ ਬੰਦਾ ਕੀ ਕਰੂਗਾ ਛੱਡੋ ਮਨਾ ਭੇਜਿਆ ਕਿਉਂ ਟੈਨਸ਼ਨ ਲੈਤੀ ਮੇਰੀ ਕੋਈ ਗਲਤੀ ਵੀ ਨਹੀਂ ਫਿਰ ਵੀ ਕਲੇਸ਼ ਕਰ ਗਏ ਮੰਮੀ ਜਾ ਸਤਿ ਸ਼੍ਰੀ ਅਕਾਲ ਡੈਡੀ ਜੀ ਸਤਿ ਸ਼੍ਰੀ ਅਕਾਲ ਜੱਸੀ ਪੁੱਤ ਹੋਰ ਠੀਕ ਆ ਪੁੱਤ ਹਾਂਜੀ ਠੀਕ ਤੁਸੀਂ ਦੱਸੋ ਹਾਂ ਵਧੀਆ ਪੁੱਤ ਵਧੀਆ ਤੂੰ ਸੁਣਾ ਠੀਕ ਆ ਹਾਂਜੀ ਆਪਣਾ ਬੰਟੀ ਬੰਟੀ ਤਾਂ ਸਕੂਲ ਗਿਆ ਵਿੱਕੀ ਉਹ ਖੇਤਾਂ ਨੂੰ ਗਏ ਨੇ ਅੱਛਾ ਅੱਛਾ ਚੱਲ ਉਹ ਪੁੱਤ ਮੈਂ ਤਾਂ ਨਾ ਇੱਧਰ ਪ੍ਰਦੀਪ ਦੀ ਬੇਬੇ ਬਿਮਾਰ ਸੀਗੀ ਉਹਦਾ ਹਾਲ ਚਾਲ ਪਤਾ ਘਰ ਆਇਆ ਸੀਗਾ ਅਤੇ ਤੂੰ ਐਂ ਕਰ ਮੈਨੂੰ ਭੁੱਖ ਬੜੀ ਲੱਗੀ ਮੈਂ ਸੁਨਾਮੋ ਵੀ ਖਾ ਕੇ ਆਇਆ ਰੋਟੀ ਤੂੰ ਐਂ ਰੋਟੀ ਲਿਆ ਦੇ ਮੈਨੂੰ ਹੈ ਉਹ ਡੈਡ ਜੀ ਮੈਂ ਸਵੇਰ ਦੀ ਨਾ ਕੋਈ ਸਬਜ਼ੀ ਨਹੀਂ ਧਰੀ ਹੈਗੀ ਅੱਛਾ ਅੱਛਾ ਚੱਲ ਕੋਈ ਨਾ ਪੁੱਤ ਫਿਰ ਐਂ ਕਰ ਇੱਕ ਕੱਪ ਚਾਹ ਜੀ ਬਣਾ ਦੇ ਹੈਂ ਚਾਹ ਤਾਂ ਧਰਦੀ ਜੇ ਦੁੱਧ ਹੁੰਦਾ ਦੁੱਧ ਵੀ ਨਹੀਂ ਹੈਗਾ ਅੱਜ ਅੱਛਾ ਅੱਛਾ ਚੱਲ ਕੋਈ ਨਾ ਪੁੱਤ ਮੈਂ ਸੁਨਾਮ ਜਾ ਕੇ ਪੀ ਲੂੰਗਾ ਫਿਰ ਹੈ ਨਾ ਅਤੇ ਹੋਰ ਠੀਕ ਠਾਕ ਹੋ ਸਾਰੇ ਹਾਂਜੀ ਖੁਸ਼ ਰਿਹਾ ਕਰੋ ਪੁੱਤ ਹੈ ਕੋਈ ਗੱਲ ਨਹੀਂ ਤੁਸੀਂ ਵੀ ਧਿਆਨ ਰੱਖੋ ਆਪਣਾ ਚੱਲ ਕੋਈ ਨਾ ਮੈਂ ਫਿਰ ਵਿੱਕੀ ਨੂੰ ਖੇਤੀ ਮਿਲ ਚੱਲਦਾ ਹੈ ਠੀਕ ਹੈ ਚੱਲ ਕੋਈ ਨਾ ਪੁੱਤ ਹੁਣ ਇਹਨੂੰ ਪਤਾ ਲੱਗੂਗਾ ਜਦੋਂ ਆਪਦੇ ਮਿਰਚਾਂ ਲੱਗਣਗੀਆਂ ਨਾ ਮੇਰੀ ਮਾਂ ਵਿਚਾਰੀ ਭੁੱਖੀ ਧਿਆਈ ਚਲੀ ਗਈ ਹੁਣ ਉਹਨੂੰ ਪਤਾ ਲੱਗੂਗਾ ਵਿੱਕੀ ਨੂੰ ਵਿੱਕੀ ਉਹ ਵਿੱਕੀ ਪਤਾ ਬਹੁਤ ਪਿਆ ਆਰਾਮ ਨਾਲ ਉਹ ਜਾਣਾ ਨਹੀਂ ਕਚਹਿਰੀ ਸੁਣਾਵਾ ਉਹ ਡੈਡੀ ਬਸ ਉਹ ਮਨ ਜੇ ਨਹੀਂ ਬਣਿਆ ਅੱਜ ਕਹਿੰਦਾ ਮਨ ਜਾ ਨਹੀਂ ਬਣਿਆ ਹੋਰ ਕੁਛ ਮੇਰਾ ਸਰਜਾ ਦੁਖੀ ਜਾਂਦਾ ਜੇ ਤੜਕੀ ਜਦੋਂ ਉੱਠਿਆ ਪਰ ਮੈਂ ਤਾਂ ਇੱਧਰ ਹੀ ਆ ਗਿਆ ਉਹ ਪਤਾ ਗੋਲੀ ਗਾਲੀ ਲੈ ਲੈਣੀ ਸੀ ਕੋਈ ਅਤੇ ਉੱਥੇ ਪੈਸੇ ਭਰੇ ਹੋਣੇ ਤੁਹਾਨੂੰ ਤੂੰ ਕਹਿੰਦਾ ਪੈਸੇ ਤਾਂ ਭਰੇ ਹੋਏ ਸੀ ਟਾਈਮ ਕਿੰਨਾ ਹੋ ਗਿਆ ਹੁਣ ਟਾਈਮ ਤਾਂ 3 ਵਜੇ ਨੂੰ ਆਏ ਪਏ ਨੇ ਓਹੋ ਫਿਰ ਨੁਕਸਾਨ ਕਰੇਗਾ ਤੂੰ ਨੁਕਸਾਨ ਕਰੂੰਗਾ ਕਿ ਨੁਕਸਾਨ ਤਾਂ ਹੋ ਗਿਆ ਕੀ ਹੋ ਗਿਆ ਹੋਰ ਜੇ 12 ਵਜੇ ਤੱਕ ਜਾਂਦੇ ਉੱਥੇ ਤਾਂ ਕੰਮ ਬਣ ਵੀ ਜਾਂਦਾ ਹੁਣ ਜੇ ਤੁਰਾਂਗੇ ਵੀ ਤਾਂ ਵੀ ਨਹੀਂ 4 ਵਜੇ ਜਾ ਜਾਣਾ ਤੂੰ ਚਲੇ ਜਾਣਾ ਸੀ ਮੈਂ ਤਾਂ ਪ੍ਰਦੀਪ ਦੀ ਬੇਬੀ ਦਾ ਪਤਾ ਲੈ ਕੇ ਆਇਆ ਹੁਣ ਜਾ ਕੇ ਅੱਛਾ ਜਾਇਆ ਉੱਧਰ ਹੋਰ ਜਾ ਕੇ ਉੱਧਰ ਨਾਲਾ ਗੱਡੀ ਕਿੱਥੇ ਲਾ ਰੱਖੇ ਤੇ ਵਾਹਨ 'ਚ ਉਹ ਇਹ ਤਾਂ ਸਵੇਰੇ ਪਹਿਲਾਂ ਤਾਂ ਮੇਰੀ ਸਲਾਹ ਤੀ ਵੀ ਚੱਲ ਉੱਧਰ ਹੀ ਜਾਊਂਗਾ ਸ਼ਹਿਰ ਨੂੰ ਹੈ ਫਿਰ ਜਦੋਂ ਮੇਰਾ ਪਤਾ ਨਹੀਂ ਕਿਵੇਂ ਬੜਾ ਉੱਠ ਗਿਆ ਸਿਰ ਦਰਦ ਗਿਆ ਪਰ ਮੈਂ ਤਾਂ ਇੱਧਰ ਹੀ ਆ ਗਿਆ ਮੈਂ ਤਾਂ ਸੌਂ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਟਾਈਮ ਦਾ ਘਰੇ ਨਹੀਂ ਗਿਆ ਤੂੰ ਘਰ ਤਾਂ ਜਾਇਆ ਮੈਂ ਅੱਛਾ ਖਾਇਆ ਰੋਟੀ ਰੁੱਕ ਹਾਂ ਖਾਇਆ ਰੋਟੀ ਰੁੱਟੀ ਤਾਂ ਹਾਂ ਚੱਲ ਵਧੀਆ ਕਰ ਹੋਰ ਹਾਂ ਠੀਕ ਠਾਕ ਵਧੀਆ ਉਹ ਮੈਂ ਜਾਇਆ ਨਾ ਸ਼ਹਿਰ ਕਿਹੜਾ ਤੇਰੇ ਬੇਬੀ ਨੂੰ ਮਿਲਿਆ ਜਾਂਦਾ ਨਾਲੇ ਨਾ ਨਾ ਕੋਈ ਨਹੀਂ ਮੈਂ ਆਊਂਗਾ ਬਸ ਅੱਜ ਵੈਸੇ ਸਮਾਂ ਮੈਂ ਤਾਂ ਹੁਣ ਇੱਕ ਦੋ ਕੰਮ ਜੇ ਕਰਨ ਵਾਲੇ ਨੇ ਉਹ ਕਰਦਾ ਚੱਲ ਕੋਈ ਨਹੀਂ ਤੂੰ ਬਾਕੀ ਚੱਲ ਘਰੇ ਫਿਰ ਕੋਈ ਗੱਲਬਾਤ ਤਾਂ ਨਹੀਂ ਹੈਗੀ ਕਿਵੇਂ ਐਵੇਂ ਕਰੀ ਜਾਂਦਾ ਤੂੰ ਕੋਈ ਗੱਲਬਾਤ ਨਹੀਂ ਗੱਲਬਾਤ ਕੀ ਹੋਣੀ ਹੈ ਜੱਸੀ ਠੀਕ ਆ ਖੁਸ਼ ਆ ਹਾਂ ਵਧੀਆ ਠੀਕ ਨੇ ਸਾਰੇ ਚੱਲ ਹਾਂ ਕੋਈ ਨਹੀਂ ਫਿਰ ਤੂੰ ਲੰਘ ਚੱਲ ਕਰਨ ਮੈਂ ਘਰੋਂ ਤਾਂ ਆਈ ਹਾਂ ਮੈਂ ਤਾਂ ਹੁਣ ਸ਼ਹਿਰ ਨੂੰ ਜਾਣਾ ਘਰੇ ਤੇਰੀ ਬੇਬੀ ਕਹਿੰਦੀ ਫਿਰ ਦੇਖੋ ਕਿਉਂ ਰਹੇ ਅੱਜ ਨਾ ਉਹ ਕਿੰਨਾ ਉਹ ਨਹੀਂ ਆਪਣੇ ਨਾਲ ਰਿਸ਼ੂ ਹਾਂ ਤੁਹਾਡੀ ਉਹਦੇ ਦਵਾਈ ਦਵਾ ਕੇ ਲੈ ਕੇ ਆਏ ਸੀ ਕੱਲ੍ਹ ਅੱਛਾ ਅੱਛਾ ਅਤੇ ਉਹਦੇ ਕਰਕੇ ਫਿਰ ਮੈਂ ਜਾਣਾ ਫਿਰ ਜੀ ਨਹੀਂ ਲੈਂਦਾ ਉਹ ਚੱਲ ਠੀਕ ਹੈ ਮੈਂ ਵੀ ਮੰਜਾ ਅੰਦਰ ਕਰਕੇ ਕਰਦਾ ਦੋ ਵੱਟਾਂ ਸਮਾਰਦਾ ਉਹ ਦੇਖ ਟਰੈਕਟਰ ਉੱਧਰ ਦੇਖ ਹੀ ਵਹੀ ਜਾਂਦਾ ਉਹ ਤਾਂ ਹਾਂ ਉਹਨੂੰ ਇਹ ਕਹਿਣਾ ਲਾ ਦੋ 10 ਮਿੰਟ ਨਾਲੇ ਗੱਡੀ ਇੱਧਰ ਲਾ ਬਾਹਰ 'ਚ ਲਾ ਰੱਖੇ ਦਿੰਦੇ ਵੀ ਬਸ ਉਹ ਤਾਂ ਮੈਂ ਤੜਕੇ ਸਮੇਂ ਹੀ ਆ ਗਿਆ ਮੈਂ ਉੱਧਰ ਲਾਈ ਨਹੀਂ ਪਈ ਤਾਂ ਹੋ ਗਿਆ ਚੱਲ ਜੇ ਕੋਈ ਗੱਲ ਮੇਰੀ ਸੁਣ ਗੱਲ ਜੇ ਕਿਸੇ ਚੀਜ਼ ਦੀ ਲੋੜ ਹੋਈ ਦੱਸ ਦੀ ਮੈਨੂੰ ਹੈ ਕੋਈ ਨਹੀਂ ਦੱਸ ਦੋ ਹਾਂ ਹਾਂ ਚੱਲ ਚੱਲ ਜਾਂਦਾ ਮੈਂ ਚੰਗਾ ਕੀ ਦੱਸਾਂ ਬਾਪੂ ਤੈਨੂੰ ਕੀ ਹਾਲ ਚੱਲ ਰਹੇ ਨੇ ਘਰ ਦੇ ਮੇਰੇ ਤਾਂ ਘਰ ਉੱਜੜਨ ਦੇ ਕਿਨਾਰੇ ਆਇਆ ਪਿਆ ਤਾਂ ਆਪ ਹੀ ਪਾਸਾ ਵੱਟ ਕੇ ਵਸਾਉਣ ਲੱਗ ਰਿਹਾ ਘਰ ਮੈਂ ਕੰਮ ਨੂੰ ਜੇ ਕਰਨ ਨੂੰ ਜੀ ਕਰੂਗਾ ਤਾਂ ਹੀ ਕਰੂੰਗਾ ਛੱਡ ਪਰੋ ਮਨਾ 3-4 ਵੱਜ ਗਏ ਹੁਣ ਤਾਂ ਰਾਤ ਨੂੰ ਜਾਊਂਗਾ ਘਰੇ ਜਾਊਂਗਾ ਆ ਗਏ ਤੁਸੀਂ ਇੱਕ ਡੇਲਾ ਕਰਾਂਦਾ
ਜੱਸੀ ਯਾਰ ਛੱਡ ਵੀ ਦੇ ਕਲੇਸ਼ ਹੁਣ, ਤੈਨੂੰ ਪਤਾ ਆਪਣੇ ਕਲੇਸ਼ ਕਰਕੇ ਨਾ ਅੱਜ ਕੋਈ ਕੰਮ ਨਹੀਂ ਬਣਿਆ, ਕਚਹਿਰੀ ਦੇ ਨਾਲ ਜ਼ਰੂਰੀ ਕੰਮ ਸੀ, ਜੋ ਸਵੇਰੀ ਕਲੇਸ਼ ਹੋ ਗਿਆ ਮੇਰਾ ਮਨ ਹੀ ਨਹੀਂ ਕਰਿਆ ਜਾਣ ਨੂੰ। ਮੈਨੂੰ ਸਗੋਂ ਪਾਪਾ ਵੀ ਉੱਥੇ ਆ ਕੇ ਮਿਲ ਕੇ ਗਿਆ ਖੇਤ, ਅੱਗੇ ਪਤਾ ਆਇਆ ਕਿਉਂ ਨਹੀਂ, ਹੁਣ ਕੀ ਦੱਸਦਾ ਉਹਨੂੰ ਮੈਂ ਵੀ ਮੇਰੀ ਘਰ ਲੜਾਈ ਹੋ ਗਈ। ਚੱਲ ਛੱਡ ਇਹਨਾਂ ਸਾਰੀਆਂ ਗੱਲਾਂ ਨੂੰ, ਸਵੇਰ ਦੀ ਰਹੀ ਸਵੇਰ ਨਾਲ, ਹੁਣ ਰੋਟੀ ਡੁੱਕ ਲਿਆ, ਭੁੱਖ ਬੜੀ ਲੱਗੀ ਹੈ, ਸਾਰਾ ਦਿਨ ਭੁੱਖੇ ਨਹੀਂ ਕੱਟਿਆ ਅੱਜ। ਮੈਨੂੰ ਤੁਸੀਂ ਇੰਨਾ ਟਾਈਮ ਹੋ ਗਿਆ, ਬਾਹਰੋਂ ਹੀ ਖਾ ਕੇ ਆਉਂਗੇ, ਨਾਲੇ ਮੈਂ ਨਹੀਂ ਕੋਈ ਸਬਜ਼ੀ ਧਰੀ ਅੱਜ। ਉਹ ਨਹੀਂ ਧਰੀ ਕੋਈ ਗੱਲ ਨਹੀਂ, ਸਵੇਰ ਵਾਲੀ ਲਿਆ ਉਹਦੇ ਨਾਲ ਖਾ ਲੈਣਾ। ਮੇਰਾ ਸਿਰ ਦੁਖਦਾ ਪਿਆ, ਮੈਂ ਸਵੇਰ ਦੀ ਕੋਈ ਸਬਜ਼ੀ ਨਹੀਂ ਧਰੀ। ਯਾਰ ਕਿਉਂ ਝੂਠ ਬੋਲੀ ਜਾਂਦੀ, ਡੈਡੀ ਨੂੰ ਕਹਦੇ ਨਾਲ ਰੋਟੀ ਖਵਾਈਏ ਫਿਰ। ਡੈਡੀ ਕਿਹੜਾ ਰੋਟੀ ਖਾ ਕੇ ਗਏ ਹੈ, ਕਹਿੰਦੇ ਮੈਂ ਵੀਰੇ ਦੇ ਖਾ ਲਵਾਂਗਾ। ਕਿਉਂ ਵੀਰੇ 'ਤੇ ਕਿਉਂ ਖਾਣੀ ਜੀ, ਆਇਆ ਤਾਂ ਉਹਦੀ ਮਾਂ ਦਾ ਪਤਾ ਲੈਣ ਦੀ, ਉਹ ਬਿਮਾਰ ਸੀਗੀ, ਫਿਰ ਉਹਨਾਂ ਦੇ ਰੋਟੀਆਂ ਖਾਊਗਾ ਉਹ। ਚੱਲ ਛੱਡ, ਚਾਹ ਪਾਣੀ ਕਰਤਾ ਜੀ ਅੱਜ ਦਾ? ਕਿੱਥੋਂ ਕਰਦੀ, ਬੜਾ ਇੱਥੇ ਦੁੱਧ ਪਿਆ ਸੀਗਾ। ਯਾਰ ਜੱਸੀ ਗੱਲਾਂ ਕਿਹੋ ਜਿਹੀਆਂ ਕਰੀਆਂ ਨੇ ਤੂੰ, ਫਿਰ ਉਹੀ ਤੇਰੀਆਂ ਘਰ ਖਰਾਬ ਕਰਨ ਵਾਲੀਆਂ ਗੱਲਾਂ ਨੇ ਨਾ ਹੁਣ ਇਹ, ਤੈਨੂੰ ਦੁੱਧ ਨੂੰ ਜਵਾਬ ਦਿੰਦਾ ਕੋਈ? ਆ ਮਾਸੀ ਕਿਉਂ ਲਿਆਉਂਦੀ, ਰੋਜ਼ ਇਹਨਾਂ ਦੁੱਧ ਲੈ ਕੇ ਆਉਂਦੇ ਹਾਂ। ਬੜਾ ਚੁਭਦਾ ਨਾ, ਸਵੇਰੇ ਮੇਰੀ ਮਾਂ ਵੀ ਭੁੱਖੀ 'ਤੇ ਆਈ ਗਈ ਹੈ। ਫਿਰ ਇਹ ਕਹਿਣਾ ਵੀ ਤੇਰੇ ਦਿਮਾਗ 'ਚੋਂ ਹਲੇ ਤੇਰੀ ਮਾਂ ਵਾਲਾ ਕੀੜਾ ਹੀ ਨਹੀਂ ਨਿਕਲਿਆ। ਜੱਸੀ ਗੱਲ ਸੁਣ ਲੈ, ਆਪਾਂ ਚੰਗੇ ਭਲੇ ਹੱਸਦੇ ਖੇਡਦੇ ਵਧੀਆ ਘਰ ਵਸ ਰਿਹਾ ਆਪਣਾ, ਜਦੋਂ ਤੇਰੀ ਮਾਂ ਆਉਂਦੀ ਹੈ ਨਾ ਆਪਣਾ ਉਦੋਂ ਹੀ ਕਲੇਸ਼ ਹੁੰਦਾ, ਤੂੰ ਸਮਝਦੀ ਕਿਉਂ ਨਹੀਂ ਇਹਨਾਂ ਗੱਲਾਂ ਨੂੰ? ਸਭ ਸਮਝਦੀ ਹਾਂ, ਬਸ ਮੈਂ ਅਤੇ ਮੇਰੀ ਮਾਂ ਹੀ ਮਾੜੀ ਹੈ, ਬਸ ਤੁਸੀਂ ਅਤੇ ਤੁਹਾਡੇ ਘਰ ਦੇ ਚੰਗੇ ਨੇ। ਯਾਰ ਘਰਦਿਆਂ ਬਾਰੇ ਕੁਛ ਨਾ ਬੋਲ, ਤੂੰ ਨਹੀਂ ਰੋਟੀ ਦੇਣੀ ਕੋਈ ਨਹੀਂ, ਪੈ ਜਾ ਪੈ ਜੂੰਗਾ ਭੁੱਖਾ ਮੈਂ, ਜਿੱਥੇ ਦਿਨ ਭੁੱਖੇ ਨੇ ਕੱਟ ਲਿਆ ਰਾਤ ਵੀ ਭੁੱਖਾ ਕੱਟ ਲੂੰਗਾ। ਕੋਈ ਨਹੀਂ, ਕੋਈ ਲੋੜ ਨਹੀਂ ਭੁੱਖੇ ਪੈਣ ਦੀ, ਸਵੇਰੇ ਬੰਟੀ ਲਈ ਦੋ ਪਰੌਂਠੀਆਂ ਬਣਾਇਆ ਸੀ, ਮੋੜ ਲਿਆਇਆ ਸੀ, ਉਹ ਖਾ ਲਓ। ਕੋਈ ਨਹੀਂ ਖਾ ਲੂੰਗਾ, ਤੂੰ ਨਾ ਤੰਗ ਹੋ, ਫਿਰ ਲੇਟ ਹੋਵਾਂਗੇ। ਯਾਰ ਇੱਕ ਜਵਾਕ ਨੇ ਦੇਖ ਕੇ ਘਰ ਵਸਾਉਣਾ ਪਊਗਾ, ਸੱਚੀ ਗੱਲ ਹੈ, ਜੇ ਇਹਨਾਂ ਦੇ ਚਲਿੱਤਰ ਸ਼ੁਰੂ ਹੋ ਜਾਣ ਨਾ ਤਾਂ ਘਰ ਜੜਨ ਨੂੰ ਮਿੰਟ ਲੱਗਦਾ। ਨਾਲੇ ਜਿਹੜੀ ਜਨਾਨੀ ਪੇਕਿਆਂ ਦੀ ਚੱਸ ਕਰੇ ਜ਼ਿਆਦੇ, ਉਹ ਤਾਂ ਘਰ ਵਸਾਈ ਖੜੀ ਹੈ, ਆਪ ਹੀ ਚੁੱਪ ਕਰਕੇ ਟਾਈਮ ਕੱਢਣਾ ਪਊਗਾ। ਹੋਇਆ 4 ਸਾਲਾਂ ਨੂੰ ਜਵਾਕ ਵੱਡਾ, ਆਪ ਹੀ ਸੈਣੀ ਹੋ ਜੂਗੀ ਆ ਜਵਾਕ ਨੂੰ। ਪੁੱਤ ਬੰਟੀ ਤੂੰ ਰੋਟੀ ਖਾ ਲਈ? ਇਹਨੂੰ ਮੈਂ ਖਵਾਤੀ ਸੀ, ਤੁਸੀਂ ਜਾ ਕੇ ਖਾ ਲਓ, ਨਾਲੇ ਤੰਗ ਨਾ ਕਰੋ, ਫਿਰ ਇਹਨੇ ਛੇਤੀ ਉੱਠਣਾ। ਕਿਹਨੂੰ ਕਰਦਾ ਮੈਂ ਤੰਗ, ਮਰਜ਼ੀ ਹੈ ਤੇਰੀ, ਕਰ ਲੈ ਮਰਜ਼ੀ। ਹਾਂ ਵੇ ਬੰਟੀ ਪੁੱਤ, ਤੂੰ ਟਾਈਮ ਨਾਲ ਰੋਟੀ ਖਾ ਲਿਆ ਕਰ, ਤੈਨੂੰ ਰੋਟੀ ਪਾ ਕੇ ਦਿੱਤੀ ਸੀ, ਹੁਣ ਤਾਂ ਫਿਰ ਠੰਡ ਕੀ ਹੋਣੀ? ਉਹ ਮੰਮੀ ਮੈਂ ਡੈਡੀ ਨਾਲ ਹੀ ਖਾਊਂਗਾ ਜੋ ਡੈਡੀ ਆ ਗਏ। ਤੈਨੂੰ ਤੇਰੇ ਡੈਡੀ ਦਾ ਪਤਾ ਹੈ ਨਾ, ਅੱਜ ਤੱਕ ਕਦੇ ਟਾਈਮ ਨਾਲ ਆਏ ਹੈ, ਹੁਣ ਵੀ ਪਤਾ ਨਹੀਂ ਕਦੋਂ ਆਉਣਗੇ, ਵੇਲਾ ਤਾਂ ਵੇਖ ਲੈ, ਤੂੰ ਟਾਈਮ ਨਾਲ ਖਾ ਕੇ ਪੈ ਜਾ ਕਰ, ਸਵੇਰੇ ਸਕੂਲ ਵੀ ਜਾਣਾ ਹੁੰਦਾ। ਉਹ ਆ ਗਏ ਡੈਡੀ। ਕੀ ਗੱਲ ਡੈਡੀ, ਵਾਲਾ ਟਾਈਮ ਲਾਤਾ? ਉਹ ਬਸ ਪੁੱਤ ਖੇਤ, ਤੈਨੂੰ ਪਤਾ ਹੀ ਹੈ ਖੇਤ ਮੇਰਾ ਜ਼ਿਆਦਾ ਮਨ ਜਿਹਾ ਲੱਗਿਆ ਰਹਿੰਦਾ, ਬਹਿ ਜਾ। ਕੰਮ ਤਾਂ ਕੋਈ ਖਾਸ ਨਹੀਂ ਹੁੰਦਾ ਪੁੱਤ, ਬਸ ਇਹ ਹੁੰਦਾ ਜਿੰਨਾ ਟਾਈਮ ਮੈਂ ਖੇਤ ਆਉਂਦਾ ਨਾ ਉੱਥੇ ਮੇਰਾ ਸੋਹਣਾ ਟਾਈਮ ਲੱਗਦਾ, ਬਾਕੀ ਇਹੋ ਜਿਹਾ ਮਾਹੌਲ ਘੜਦਾ ਨਾ ਤੇਰੀ ਮਾਂ ਨੂੰ ਵਧੀਆ ਲੱਗਦਾ। ਮੇਰਾ ਕੀ ਹੈ, ਜੇ ਭੁੱਖਾ ਮੈਂ ਤਾਂ ਹੈ ਮੈਂ, ਬਸ ਦਿਨ ਕੱਢਿਆ ਨਾ ਬਾਹਰ, ਮੈਂ ਤਾਂ ਤੇਰੇ ਪਿਆਰ ਦਾ ਮਹਾਰਾਜ ਹਾਂ ਨਾ ਪੁੱਤ। ਘਰ ਆਪਣਾ ਬਹੁਤ ਵਧੀਆ ਸੀ ਜਦੋਂ ਤੂੰ ਛੋਟਾ ਜਿਹਾ ਹੁੰਦਾ ਸੀ ਨਾ, ਵਧੀਆ ਹੱਸਦੇ ਖੇਡਦੇ ਸੀ, ਪਰ ਤੇਰੀ ਮਾਂ ਨੂੰ ਲੱਗਿਆ ਵੀ ਇਹੋ ਜਿਹਾ ਮਾਹੌਲ ਕਿਉਂ ਹੋਵੇ ਘਰ ਦਾ, ਬਦਲਦਾ ਘਰ ਨੂੰ। ਬਸ ਕਰੋ ਵਿੱਕੀ, ਕੀ ਤੁਸੀਂ ਬੱਚੇ ਨੂੰ ਉਲਟ ਪੁਲਟ ਸਿਖਾਈ ਜਾਂਦੇ ਹੋ? ਉਲਟ ਪੁਲਟ ਨਹੀਂ, ਮੈਂ ਤਾਂ ਸੱਚ ਹੀ ਕਹਿਣਾ। ਪੁੱਤ ਗੱਲ ਸੁਣੋ, ਤੂੰ ਟਾਈਮ ਨਾਲ ਰੋਟੀ ਖਾ ਕੇ ਪੈ ਜਾ ਕਰ, ਮੈਨੂੰ ਨਾ ਡੀਕਿਆ ਕਰ। ਕਾਹਦੇ ਵਾਸਤੇ, ਮੇਰੀਆਂ ਜਿਹੜੀਆਂ ਦੋ ਰੋਟੀਆਂ ਖਾਣੀਆਂ ਹੁੰਦੀਆਂ ਨੇ ਮੈਂ ਆ ਕੇ ਖਾ ਲੈਂਦਾ, ਆਪੀ ਨਾਲੇ ਸਕੂਲ ਨਹੀਂ ਜਾਣਾ ਹੁੰਦਾ ਸਵੇਰੇ। ਉਹ ਡੈਡੀ ਮੈਨੂੰ ਛੁੱਟੀ ਹੋ ਗਈ, ਮੈਂ ਤਾਂ ਹੀ ਤਾਂ ਤੁਹਾਡੇ ਕਾਰਨ ਬਹਿ ਗਿਆ, ਨਹੀਂ ਤਾਂ ਮੈਂ ਰੋਟੀ ਖਾ ਕੇ ਪੈ ਜਾਂਦਾ। ਛੁੱਟੀਆਂ ਤੈਨੂੰ ਗਰਮੀ ਦੀਆਂ ਛੁੱਟੀਆਂ ਹੋ ਗਈਆਂ? ਹਾਂ ਹੋ ਗਈਆਂ। ਬਸ ਫਿਰ ਤਾਂ ਵਧੀਆ ਪੁੱਤ, ਫਿਰ ਤੂੰ ਐਂ ਕਰ, ਮੈਥੋਂ ਤਾਂ ਨਹੀਂ ਕਿਸੇ ਪਾਸੇ ਜਾਇਆ ਜਾਂਦਾ, ਸਵੇਰੇ ਨਾ ਆਪਦਾ ਦਾਦੀ ਦਾਦੀ ਲਵੇ ਬਗਜੀ ਨੂੰ। ਹਾਂ ਡੈਡੀ, ਮੈਂ ਤਾਂ ਜੀ ਕਰਦਾ, ਦਾਦੀ ਦਾਦੀ ਕਿਹੜਾ ਕਦੇ ਇੱਥੇ ਆਏ ਨੇ। ਹੋਰ ਪੁੱਤ, ਬਸ ਆਉਣਾ ਤਾਂ ਉਹ ਵੀ ਚਾਹੁੰਦੇ ਨੇ, ਪਰ ਕੀ ਕਰੀਏ ਸਮਾਂ ਹੀ ਇਹੋ ਜਿਹਾ, ਕੋਈ ਗੱਲ ਨਹੀਂ, ਪਰ ਮੈਥੋਂ ਜਾਇਆ ਜਾਵੇ ਨਾ ਜਾਇਆ ਜਾਵੇ, ਤੈਨੂੰ ਮੇਰੇ ਪੁੱਤ ਨੂੰ ਮੈਂ ਤੜਕੇ ਪੱਕਾ ਦਾਦਾ ਦਾਦੀ ਲਵੇ ਛੱਡ ਕੇ ਆਊਂਗਾ, ਠੀਕ ਹੈ? ਬਸ ਫਿਰ ਤੂੰ ਹੁਣ ਚੱਲ ਖਾ ਆਪਣੀਆਂ ਰੋਟੀਆਂ। ਰੋਟੀ ਤੁਸੀਂ ਵੀ ਆ ਜਾਓ। ਹਾਂ ਹਾਂ ਖਾਣਾ ਪੁੱਤ। ਦੇਖਦੀ ਹਾਂ ਕਿਵੇਂ ਜਾਂਦੇ ਆ ਦਾਦਾ ਦਾਦੀ ਕੋਲ। ਨਾਲੇ ਸੁਣੋ ਮੇਰੀ ਗੱਲ, ਰੋਟੀ ਤੁਹਾਡੀ ਪਾਤੀ ਹੈ, ਮੈਂ ਪੈਣ ਲੱਗੀ ਹਾਂ, ਆਪੇ ਖਾ ਲਿਓ। ਯਾਰ ਮੇਰੀ ਗੱਲ ਸੁਣ, ਕਦੇ ਤਾਂ ਸੋਚ ਲਿਆ ਕਰ ਵੀ ਇਕੱਠੇ ਰੋਟੀ ਖਾ ਲਈਏ, ਹਰ ਵਾਰ ਆਹੀ ਕੁਛ, ਤੇਰਾ ਮੈਂ ਰੋਟੀ ਖਾ, ਤੂੰ ਮੈਨੂੰ ਬੰਦਾ ਆਪਦਾ ਸਮਝਦੀ ਹੈ ਕਿ ਨਹੀਂ?
देख जसी 4-5 साल हो गए मैनू इस दिन नू डीकदे नू भी कोई नहीं कदे तां गड्डी उसे लीते आऊगी पर गड्डी लीते आउण दी बजाय लैंदी जांदी है यार क्योंकि गलतियां थोड़ियां खुद दियां ने जिससे एडिया भी गलतियां है नहीं मेरियां जिड्डियां तू बनाउण लगी है तेरे करके घर दे मैं आपदे छड़ते दली दे पैर तक नहीं पाया कदे प्यो मेरा बच्चा दिन रात मेरे बारे सोचता सी ना कदे खेत का मूँह तक नहीं देखा उन्हें आके सारी जमीन मैनू संभा के ना वड्डे ने सरीका करिया कदे ते ना मेरे प्यो ने पर सिर्फ तेरी जिद पगाउण दे चक्कर टुटे कले तुसी नहीं टुटी मैं भी हाँ अपने घरद्या तो नाले मैनू ना बाले लैक्चर जिन्ना दो रोटी खाओ तो अपना पै जाओ तेनू तो यार समझाने औखा है जब तू पै जा कोई नहीं खा लेना मैं रोटी पै तो मैं जाऊँगी बाकी रही गल रिश बंटी सवेरे भेजन की देखती हाँ दादा दादी को किवें जाता है यही ना बुड़ बुड़ कदे सैट नहीं आना पता नहीं जनानी चाहती की है घर उजाड़ना है उजाड़ के रखू बस कदे ना कदे और बंटी पुत उठ गया ले चाह पी ले बल्ले उठ खड़ा मेरा शेर पुत हां जी सुन तो कहे डैडी भी कल आप दादी दादी को चलेंगे जावांगे पुत दादा दादी लवे ता तू मना बुटा दिन तक जड़ जाने दे हाले ता मैं डंगर पशु सामने ने तू ऐ करी जब तक मैं बगड़ा वाला कमन मेड़ के आना ना आपदे कपड़े कपड़े पा ली बैग च 4-5 हुण इन्ने टाइम बाद जाएगा उन्होंने आने नहीं देना तेन कई दिन कोई लोड़ नहीं कितने जान दी बंटी कितने नहीं जा रहा क्यों ओ मेरी गल सुन यार जेडे अपने झगड़े चलते ना तू अपने तक ही रख जवाक तो इन्हें उन्होंने चीजों का असर पा पर जवाक ने वे होके बनना तो थोड़े वर्ग ही है ना क्यों मेरी मैं माड़ी गल करती कोई फिर आपद लवे जाता है कोई बगानी थान पर जाता है जे अपने आपदे लवे ही जाना तो फिर नानके चल पे ਉਹ ਤਾਂ ਯਾਰ ਗੱਲ ਗਲਤ ਨਾ ਪੁੱਠੀ ਅਡਵਾਈ ਕਰਨੀ ਦੀ ਨਾਨਕੇ ਭੇਜ ਦੇ ਕਹਿ ਦੇ ਉਹਨਾਂ ਨੂੰ ਲੈ ਜਾਣਗੇ ਆ ਕੇ ਲੈ ਜਾਣਗੇ ਤੁਸੀਂ ਛੱਡ ਕੇ ਆਉਂਗੇ ਸਾਨੂੰ ਦੋਨਾਂ ਨੂੰ ਮੈਂ ਤਾਂ ਉਹਨਾਂ ਦੇ ਦਿਲ ਹੀ ਪੈਰ ਨਹੀਂ ਪਾਉਂਦਾ ਤੈਨੂੰ ਵੀ ਪਤਾ ਜਦੋਂ ਮੇਰਾ ਘਰ ਦਾ ਜਲੂਸ ਕੱਢ ਰੱਖਿਆ ਉਹਨਾਂ ਨੇ ਉਹਨਾਂ ਦੀਆਂ ਉਂਗਲਾਂ ਲਾਈਆਂ ਕਰਕੇ ਤਾਂ ਆਪਣੀ ਅੱਜ ਤੱਕ ਨਹੀਂ ਬਣੀ ਕਦੇ ਹਾਲੇ ਮੈਂ ਉਹਨਾਂ ਦੇ ਘਰੇ ਜਾਵਾਂ ਹੈ ਮਾਰਦੀ ਆ ਗੱਲਾਂ ਤੂੰ ਜੇ ਜਾਣਾ ਉਹਨਾਂ ਨੂੰ ਫੋਨ ਕਰਕੇ ਬੁਲਾ ਲੈ ਜਾਣਗੇ ਇਹਨੂੰ ਮੈਂ ਜਾਣ ਤੋਂ ਨਹੀਂ ਰੋਕਦਾ ਲੈ ਕੇ ਤਾਂ ਤੁਸੀਂ ਹੀ ਜਾਓਗੇ ਇਹ ਯਾਦ ਰੱਖਿਓ ਯਾਰ ਜਿੱਦਾਂ ਤੇਰੀ ਕੋਈ ਤੂੰ ਉਹੀ ਸਵੇਰੇ ਸਵੇਰੇ ਮੂਡ ਖਰਾਬ ਕਰਨ ਵਾਲੀਆਂ ਗੱਲਾਂ ਕਰੀਆਂ ਨਹੀਂ ਮੈਂ ਨਹੀਂ ਜਾਂਦਾ ਤੁਸੀਂ ਕਲੇਸ਼ ਕਰਦੇ ਪਏ ਹੋ ਬੰਟੀ ਤਾਂ ਨਾਨਕੇ ਹੀ ਜਾਊਗਾ ਤੇ ਮੇਰੇ ਨਾਲ ਜਾਊਗਾ ਔਰ ਤੁਸੀਂ ਛੱਡ ਕੇ ਆਓਗੇ ਮੈਂ ਨਹੀਂ ਜਾਂਦਾ ਓਏ ਚਾਹ ਦੀ ਕੋਠਣੀ ਭਰਨੇ ਦੀ ਤੜਕੀ ਤੜਕੇ ਇੱਕ ਮੇਰੀ ਗੱਲ ਸੁਣ ਲੈ ਮੇਰੇ ਮੂਹਰੇ ਬੋਲਣਾ ਬੰਦ ਕਰ ਦੇ ਨਹੀਂ ਮੈਂ ਬੂਥੜ ਤੇ ਮਰੂੰ ਮੁੱਕਾ ਨਹੀਂ ਡੈਡੀ ਤੁਸੀਂ ਲੜੋ ਮੈਂ ਕਿਤੇ ਨਹੀਂ ਜਾਂਦਾ ਅੱਜ ਤਾਂ ਇਹ ਵੀ ਹੱਦ ਕਰਤੀ ਤੁਸੀਂ ਬੱਚੇ ਦੇ ਸਾਹਮਣੇ ਮੇਰੇ ਤੇ ਹੱਥ ਚੱਕੋਗੇ ਉਹ ਹੋਰ ਯਾਰ ਕੀ ਕਰਾਂ ਮੈਂ ਕਿੰਨਾ ਕੁ ਟਾਈਮ ਚੁੱਪ ਕਰੀ ਜਾਊਂਗਾ ਤੇਰੀ ਤਾਂ ਜਮਾਨ ਖੜਦੀ ਨਹੀਂ ਕਦੇ ਜਵਾਕ ਬਰਾਬਰ ਦਾ ਹੋ ਰਿਹਾ ਮੈਨੂੰ ਇਹ ਆ ਵੀ ਕਦੇ ਨਾ ਕਦੇ ਆਪਣਾ ਘਰ ਬਾਜੂ ਬਾਜੂ ਪਰ ਤੂੰ ਨਹੀਂ ਵਸਾਉਂਦੀ ਕੋਈ ਗੱਲ ਨਹੀਂ ਜਾਣਾ ਜਵਾਕ ਨੇ ਪੁੱਤ ਘਰੇ ਰਹਿ ਚੁੱਪ ਕਰਕੇ ਮੇਰੇ ਲਵੇ ਰਹਿ ਬੰਟੀ ਤਾਂ ਅੱਜ ਨਾਨਕੇ ਜਾ ਕੇ ਹੀ ਹਟੂਗਾ ਤੂੰ ਯਾਰ ਮੇਰੇ ਪੁੱਤ ਤੇ ਕਿਵੇਂ ਹੱਕ ਜਮਾ ਸਕਦੀ ਹੈ ਇਹ ਤਾਂ ਘਰੇ ਰਹੂ ਜਾਂ ਤੂੰ ਵਗਦਾ ਜਿੱਧਰ ਨਿਕਲ ਤੇ ਮੇਰਾ ਵੀ ਹੈ ਬੰਟੀ ਤਿਆਰ ਹੋ ਆਪਾਂ ਨਾਨਕੇ ਚੱਲਦੇ ਆ ਨਾਲੇ ਸੁਣ ਲਓ ਮੇਰੀ ਗੱਲ ਮੈਂ ਹਮੇਸ਼ਾ ਲਈ ਜਾ ਰਹੀ ਆ ਜਦ ਤੱਕ ਤੁਸੀਂ ਆ ਕੇ ਮੈਨੂੰ ਮਾਫੀ ਨਹੀਂ ਮੰਗਦੇ ਵਾਪਸ ਮੈਂ ਨਹੀਂ ਆਉਂਦੀ ਤੇਰੇ ਮਨ ਦਾ ਵਹਿਮ ਹੈ ਵੀ ਮੈਂ ਤੇਤੋਂ ਮਾਫੀਆਂ ਮੰਗੂੰਗਾ ਹੱਥ ਬਣਾ ਲੈ ਜਿੱਥੇ ਮਰਜ਼ੀ ਆ ਪਰ ਮੇਰੇ ਪੁੱਤ ਨੂੰ ਨਾ ਘਰੋਂ ਬਾਹਰ ਕੱਢ ਤੁਹਾਡਾ ਪੁੱਤ ਚੰਗੇ ਰਹੋਗੇ ਜੇ ਕੋਰਟ 'ਚੋਂ ਮੈਂ ਤੁਹਾਡਾ ਖਰਚਾ ਅੱਡ ਲਿਆ ਔਰ ਪੁੱਤ ਵੀ ਮੈਂ ਆਪਣਾ ਅੱਡ ਕਰ ਲਿਆ ਉਹ ਕਿੱਡੀਆਂ ਕਿੱਡੀਆਂ ਸੋਚਾਂ ਅੱਗੇ ਤੱਕ ਸੋਚੀ ਬੈਠੀ ਐ ਚੱਲ ਬੰਟੀ ਤਿਆਰ ਹੋ ਮੈਨੂੰ ਦੀ ਚੱਲ ਕੋਈ ਗੱਲ ਨਹੀਂ ਵਗ ਜਾ ਜਾਨੀ ਤਾਂ ਹੈਗੀ ਅੱਜ ਪਰ ਇਹ ਗੱਲ ਭੁੱਲ ਜੀ ਮੈਂ ਉਹਨਾਂ ਦੀ ਦੇਲੀ ਚੜੂੰਗਾ ਤੈਨੂੰ ਲੈਣ ਆਉਂਗਾ ਜਿੱਦ ਮੇਰੀ ਵੀ ਐ ਆਣਾ ਮਰ ਤੁੰਗ ਪਰ ਉਹਨਾਂ ਦੀ ਦੇਲੀ ਨਹੀਂ ਚੜਦਾ ਤੈਨੂੰ ਲੈਣ ਨਹੀਂ ਆਉਂਦਾ ਆਪਦੇ ਆਪ ਜਦ ਤੱਕ ਤੇਰੇ ਬਲ ਨਹੀਂ ਨਾ ਨਿਕਲਦੇ ਉਦ ਤੱਕ ਨਾ ਮੁੜੀ ਇੱਥੇ ਮਾਰਦੀ ਐ ਗੱਲਾਂ ਜਾ ਵਗ ਜਾ ਬੰਟੀ ਨਾਲ ਪੁੱਤ ਓਏ ਆ ਜਾ ਪੁੱਤ ਯਾਦ ਰੱਖਿਓ ਜਦ ਤੱਕ ਤੁਸੀਂ ਆਂਦੇ ਨਹੀਂ ਇਹਨੂੰ ਵੀ ਆਪਦੇ ਵਰਗਾ ਕਰ ਲਈ ਨਹੀਂ ਰੱਖਦੀ ਆਪਦੇ ਵਰਗਾ ਕਰ ਲਈ ਇਹਨੂੰ ਵੀ ਮਾਰਤੀ ਐ ਗੱਲਾਂ ਅਲਾ ਬੰਦਾ ਕਦੋਂ ਤੱਕ ਘਰ ਪਸਾਵੇ ਆਪਦਾ ਜਿਹੜੀ ਜਨਾਨੀ ਨੇ ਸੋਚ ਹੀ ਲਿਆ ਵੀ ਮੈਂ ਘਰ ਪੱਟਣੀ ਪੱਟਣਾ ਤਾਂ ਪੱਟ ਕੀ ਖੜਦੀ ਐ ਸੋਨੇ ਵਰਗਾ ਮੇਰਾ ਪੁੱਤ ਉਹਨੂੰ ਵੀ ਨਾਲ ਹੀ ਲੈ ਗਈ ਡੈਣ ਸਾਰਾ ਸੋਚਿਆ ਹੋਇਆ ਉਲਟ ਹੋ ਗਿਆ ਆਪਦੇ ਮਾਂ ਪਿਓ ਨਾਲ ਟੁੱਟ ਕੇ ਬਹਿ ਗਿਆ ਤੇ ਧੀਵੀ ਨੇ ਘਰ ਨਹੀਂ ਵਸਾਇਆ ਪਿਓ ਮੇਰਾ ਬਿਲਕੁਲ ਮਰ ਗਿਆ
पुत साडे हिसाब नाल चल पै तेरा घर बस जू पर ना मई बोला तीड़ा अंत दे लड़ लड़ा रहे नू मरे पर यार जिते जाती है जाए लोड़ नहीं मैनू भी घर बार ओ चाचा चाचा गल गल बारी है चाची किधर नू जाइए बैग चक्की जाने दे पुत्ती कितने जाती है यार वो तो गल ही ना छेड़ गल की हुई है गल तो दस दे गल की पुत्ती यार तड़की कलेस करके बह गई बंटी पिछे हम बंटी लैके नाल ही निकल गई पेके गई है निकिया मोटिया गल चल दया रही घर च मैं मोड़ लेना जो तू नहीं आता तो नहीं पुत कोई मोड़न की लड़ नहीं हूँ तक मोड़ मोड़ के देखे उन्होंने जिते जाते जान दे कर ही लैन दे मन मर्जी एड्डी गल नहीं होंगी चाचा माड़ी जी ने बह के गल कर ली सुलह हो जाती होंगी मैं कहना मोड़ लिया जाके तू पुत जो तो मैनू पता ज मेरे रब न पता मैं तीवी नाल किवें कट्टे हूँ तक मेरी चुप नाली ना हूँ तक घर बसदा है पर यार हार मन का नौ ही नहीं लेंदी मैं कद तक नीमा हों दूंगा जो तो उन्होंने घर वसाने की परवाह पुत इन्हें तो मेरिया लखीर कढ़ाती नक् नाल घरदों नालों मैनू तोड़ता किसी काम कार जोगरा मैनू नहीं छड़ी लेट घरें बढ़दा के ना रोटी टाइम ना चाह ना पानी बस बोलू जो रुख ही बोलू हूँ मुंडे बिगाड़न लग गई आखिर नानके चल दादा दादी ना मिल पुत ही तो मैं की करा कहता मैं तो लाता रस्सा मैं जा जिते जा मर्जी खुलियां छुट्टियां ने तेनू मतलब सारी गलती चाचे की है बिल्कुल है पुत मैं तो बहुत हथ मन मन के टाइम कढ़िया पर ऐसे नहीं रद्दे घर बसाने का बस चाचा मैं समझ गया यदा मतलब सारी गलती चाची की है तू ऐ करी लैन तू भी ना जाई उन्हू जिन्ना चेर वो आप नहीं ना आँदी गलती नहीं मनती तू लैन ना जाई किधरे नहीं तेन कुछ होंगे दो रोटियां पिछे मैं फड़ा जा तेन घर आप कोई नहीं पुत ज्यौते रहो ऐ तो मैं पता थोड़े सिर पर मैं कला तो नहीं है तुम भी मेरे आपदे हो बस ठीक है जिन्ना चक्कर उन्होंने एहसास नहीं ना होंगे कि मैं गलत सी उन्ना चक्कर तू लैन ना जाई वो डेली देना पैर तेरी ठीक है ना नहीं जाता पुत ज्यौदा रहे बाकी बाकी तेरी डैडी कह दी मेरे लिए आ जाए गुरबिंद चढ़ गलत कर जा कोई गल नहीं मैं चित खराब हो रहा मेरा तो चंगा हूँ तू जाई ना किसी पास अंदर ही बह जा चंगा पुत उन्होंने की लगता साडा सरदा नहीं वो बिना उन्होंने भी मैं दस दी हाँ समझदा की मेरे नाल नहीं वरतना तो फिर तुहाडे नाल भी नहीं मैं वरतांगी सवेरे सवेरे जिद करन लग गए बंटी नूं तां जी दादके छड़ना है मैं कहा नहीं बंटी तां नानके जाऊगा बस मैं फिर लड़ के आ गई जे तू आ गई उरे वधिया रही हूँ आप कड़ा के हटाँगे जिन्ना चेर पंचायत नहीं आँगी ना तेरे पैर हाथ मिलाते उन्ना चेर मैं तोरदी नहीं हैगी मैं भी बस यही कह के आई हाँ तैनू लोड़ नहीं हैगी तैनू कड़ा रोटी नहीं मिलती हैगी मैं भी यही कह के आई हाँ ठीक है जब तक वो नहीं आते ना मेरे तो माफ़ी नहीं मानते मैं भी नहीं लोड़ नहीं हैगी जान की अज तक कम नबेड़ते हुए ज्यादा ही टाइम हो गया बंटी हाँ मम्मी रोटी बनी पई आ खा ले हुण आ मम्मी अज मस्या है मैं गुरु घर जाना नाले सेवा कराया आऊंगा नाले लंगर खाए उथी ते पुत मैनू सवेरे दस दंदा ओहो मैं सवेर दा मत्था मारी जांदी सी ऐ कर लंगर छकिया जे दिने रोटी खानी होई फिर मैनू दस दी हाँ ठीक है बे उथे सारे जांदे मेरे दोस्त मम्मी बहुत घट हुंदा उथे अपना जगतार नहीं ये हर साल जाते हैं आपके बड वडेरे का मत्था टेकने जाते हैं कि अपना की बड वडेरा अपने मत्था टेक दे उन्होंने है ही है पुत पर हम साडा उत्थे कोई नाता ही नहीं असि कहनू जाना उत्थे नाता क्यों नहीं मां फिर भी पिंड है मेरा बाप तो जाता ना मेरा आली पर मैं उत्थे नहीं जाना मम्मी तू घर च ना जाने की सौंह खाधी सी पिंड जाने तू तो नहीं गया पहला आप खेत जाते हूँ ना मत्था टेकना हूँ नहीं जा सकते आप कोई नहीं पुत तू इन्ना ना सोच पिछले साल तेरे नानी की रोटी करी सी ना वडेरिया नू मम्मी नानी की रोटी तो अपने करी सी दादा दादी ने मरे भी चार साल हो गए उन्होंने भी रोटी खवादा होगा साडा उन्होंने कोई लैन देन ही नहीं आप क्यों सोचना सोचना तो पैदा मम्मी फिर भी मेरा पिंड है पाप सी मेरा उत्थे आप जा सकते हैं ना पुत उस घर च तो मैं हूँ नहीं जाना मैं सारी जिंदगी सोच के लंघाई है कि उस घर च नहीं मैं पैर रखना तो इस उम्र च जाके मैं नहीं बस तू घर च पैर रखने सौ खाई सी ना पिंड च वड़न तो नहीं खाई
आप खेत तो जा ही सकते हैं, घर आप नहीं जाते। चल तू जे इन्नी जिद कर रहा ना, असी खेत च जाने नाले वे वडेर मैनू भी मत्था टेकन जी करता। ठीक है चल पौने चलते हैं, गुरु घर मैं बार च जाऊँगा। चल फिर तू कट मोटरसाइकिल तैयार होनी है। मैं हाँ जा मम्मी ला देख ला है, पूरी सफाई रख दिया था बापू, सारा कुछ संवार के रखा है मोटर दे। और उन्हें करना भी की है, जिंदगी तो सवारी नहीं खेत ही सवारूगा। नाले तू उन्हें दियाँ गल्ला ना कर, इतने आके तो मैनू ना होर ही कुछ हो ही जा रहा है। मैं ना सोचा कर मम्मी, चल आज मत्था टेकते आप। तेनू पता पहला मैं किसी भी मस्या ते नागा नहीं सी पाती, हर मस्या ते आके मत्था टेकदी सी। थीदी दादी भी कहती सी कि इन्ना कुछ सवारता सिर्फ इसी चीज करके। पर चल कोई नहीं मत्था टेकदे आ जाप, याद तो तेनू भी आती होनी है बापू दी। ऐ तो बापू तेरा बथेरा सियाणा, छपरी भरी पई है, साफ सफाई की है। लै पुत कच्ची लस्सी का मत्था टेक दे। ठीक है मम्मी, आया नेड़े आया तू भी। कोई नहीं पुत, तू किन्ने टाइम बाद आया, तू ही मत्था टेक लै। मेरा की है, मेरी तो उम्र लंघ गई, परमात्मा तेनू लम्मिया उम्र बख्शे, खूब तरक्या करे। हैं मेरा पुत बंटी, अज जस्सी दे दिल च की दया गई, मेरे पुत नू लैके खेत आई। शुक्र है वो परमात्मा तेरा किसी दिन तेन अकल आई, नहीं तो मैं मेरे पुत दे प्यार में नहीं मर जाता। मैं जाके मिलना। छपड़ी च पा दे पुत। बंटी पुत, पुत किड्डा जवान हो गया तू, है की गल, आपदे प्यो दे गल भी नहीं लगेगा तू। और मेरा कौड़ा पुत, शाबाश पुत, तू आपदी मां नूं ले आया। मम्मी जस्सी तेरा हाले तक गुस्सा नहीं ढाला होया, हाले भी मड़क तेरी ओडी हो खड़ी है, सारी जिंदगी बर्बाद कर ली इसे इसे हैंगड़ ने, सारी जिंदगी बर्बाद कर ली अपनी। हुण तां मेरा पुत आ गया, आ इत्थे आ पुत, तेनू देखण नूं ना मैं हुण तक तरसदा रहा। तेरे मामे ते तेरी मां दी जिद ने ना इन्ना कु पागल करता ती मैनू, भी मैनू वकील दे हाड़े कड्ढे तो भी तेनू मिलन नहीं दिता। बारों बार जमानत करा के मुड़ जांदी ती, उत्थे मैं पेशी ते डीकदा रहिंदा भी मैं मेरे पुत्र नूं देख जा, मेरे पुत्र नूं देख जा। जस्सी तेनू मेरी याद नहीं आई कदे उत्थे, इन्ना माड़ा ते पापी बनाता ते मैनू। पापी? मैं तेनू पापी नहीं कह रही, बस तेरी भी एक जिद सी कि मैं तेनू लैन नहीं आंदा। की हो जांदा जे तू मैनू लैन आ जांदा, इन्नी जिद चंगी नहीं हुंदी। तेनू की लग्या मेरा कदे दिल नहीं करिया तेनू पिंड लैके आउण नू आ मेरे पुत नू मिलन वास्ते। पर जस्सी मैं जिन्ने भी बंदे नाल वे गल करी भी इस लोड़ते यार आ हालात करके गई है वो घरों, हरेक ने मैनू एक ही सलाह दिती भी ना भाई हुण उहनू लैण ना बख्शी, हे गलती ना कर ली, वह तो तेरे जमी सिर चढ़ के बह जूगी। मेरा तो ना तुहाडे बिना रह गया ना तुहाडे नाल, मैं तो अंदरों अंदरी सह कुट कुट के मरदा रह गया सी। फिर विक्की सुनी तो तू भी लोकां दी है ना, अपनी दिल की तो नहीं ना सुनी? नहीं मैं तो लोगों की सुन ली, तू तू कि सुनती रही हूँ? बस रहने दे मां, तू भी तो कदे
नानी तो किसी दिन चवार नहीं सी हुई, तू भी तो अभी जिद पकई हुई है ना, थोड़े दोनों का की गया कसूर? तो किसी का भी नहीं, जिंदगी तो मेरी भी रोली है ना, आकड़ थोने नहीं छी ना आकड़ बापू तैं छी है। पर पुत मैं तो अज भी आपकी गल तो करा, जो ये नहीं कदम नीवी मैं क्यों नीवा। एक गल देखी है विक्की, मैं उस घर च रह के मैंने एहसास होया कि जीवन साथी ही होंगे, बाकी सारे रिश्ते तो बस नाम दे ही होंगे ने, हम सफर की जगह कोई नहीं लै सकता। मैं भी इस गल की तकल आ गई जसी, बाकी रिश्ते तो एक दिखावे देने, मापे मेरे भी मर गए ते तेरे भी मर गए, भैन भाई मेरे भी आपकी थान से सुखी वसते ने ते तेरे भी, बस बर्बाद होया तो आप मड़क रही है तो सिर्फ आपे लवे आही मड़क है हुण पल्ले। बर्बाद तुसी दोवें नहीं होए, बचपन तो मेरा भी रुलिया ना, सारी उम्र मैं आपके बाप के प्यार तरसता रहा, तो माँ तू मेरे बारे जमा नहीं सोचा, दोवें आकड़ छड़ देंदे जिंदगी कुछ होर ही होनी सी मेरी भी। मैं थोड़े दोनों मेरे हाथ बांधा, पहले तो मैं जिन्ना रोलना सी रोल लिया, पर मेरी हुण जवानी ना रोलो बापू ना बात माँ जसी छड़ दे आकड़ हुण तां आ जा सारा आपदा कर। मैनू मेरी गलती का एहसास हो गया, मैं बहुत वड्डी गलती की। चल कोई नहीं पुत, मिले भी तो एक ऐसी पाक पवित्र थान ते आ पुत, पहला हाँ धरती मैनू मेरे मापे दे के गए ने, ते हुण तू इस धरती का असली वारिस, तू इत्थे आ गया, बस पुत आ खेत भी तेरे ने, प्यो भी तेरे, तेरे पिंड भी तेरे, हुण कदे मैथों दूर ना जाई पुत, ना वापस हाँ जी दोस्तों, बहुते इंसान हले भी यही सोचते ने भी मैं क्यों झुकां, झुकण नाल कोई वड्डा छोटा नहीं हुंदा, जबकि जे एक धिर निमके कोई रिश्ता बचद तो कोई माड़ी गल नहीं। कल्ली कहानी नहीं, बहुतियां जिंदगियां दा अज भी यह सच है भी जिहड़े इसे गल ते अड़े हुए ने भी वो जे वो आप तो नहीं आउंदी मैं क्यों लैण जावां, जा जद तक वो लैण नहीं आउंदा मैं क्यों जावां। इन्हां गल्लां च कुछ नहीं रखिया दोस्तों, अपना प्यार बनाओ, जिंदगी बड़ी रंगा भरी है, ये रंगा नूं माणो, रिश्तियां च प्यार बनाउणा बहुत जरूरी है। धन्यवाद दोस्तों।